ਆਰਟੀ ਟੀਚਰ ਬਤੌਰ ਕੰਮ ਕਰ ਰਹੀ ਹਾਂ ਆਦਰਸ਼ ਸਕੂਲ ਪੱਕਾ ਦੇ ਵਿੱਚ। ਹੁਣ ਮੈਂ 6 ਸਾਲ ਪੂਰੇ ਕਰ ਚੁੱਕੀ ਹਾਂ ਤਾਂ ਹੁਣ ਮੈਂ ਹੈਂਡੀਕੈਪਟ ਹਾਂ, ਮੈਂ ਕਿੱਧਰ ਜਾਊਂਗੀ? ਇਸ ਜੋਬ ਦੇ ਸਿਰ 'ਤੇ ਹੀ ਮੈਂ ਸਾਰੀ ਸੈਟਿੰਗ ਕੀਤੀ, ਆਪਣੀ ਗੁਜ਼ਾਰਾ ਕਰ ਰਹੀ ਹਾਂ ਅਤੇ ਹੁਣ ਇਹ ਕਹਿ ਰਹੇ ਆ ਬਸ ਤੁਹਾਨੂੰ ਕੱਢ ਦਿੱਤਾ ਜਾਊਗਾ। ਕਾਰਨ ਕੀ ਦੱਸਿਆ ਜਾ ਰਿਹਾ? ਕਾਰਨ ਇਹ ਦੱਸਿਆ ਜਾ ਰਿਹਾ ਜੀ, ਕੋਈ ਇਹਨਾਂ ਨੇ ਨਾ ਸਟੇ ਲਏ ਹੋਏ ਆ ਪੁਰਾਣਿਆਂ ਨੇ ਟੀਚਰਾਂ ਨੇ, ਉਹਨਾਂ ਤੋਂ ਹਜੇ ਕੋਈ ਕੇਸ ਦਾ ਕੁਛ ਹੋਇਆ ਨਹੀਂ, ਸਾਨੂੰ ਪਹਿਲਾਂ ਹੀ ਕਹਿ ਰਹੇ ਆ ਵੀ ਤੁਸੀਂ ਨਿਕਲ ਜਾਓ, ਸਾਡਾ ਵੀ ਸਟੇ ਲੱਗਿਆ ਹੋਇਆ, ਅਸੀਂ ਵੀ ਆਪਣੀ ਜੋਬ ਸਿਕਿਓਰ ਕਰਨ ਵਾਸਤੇ ਕੀਤਾ, ਪ੍ਰਾਈਵੇਟ ਅਕੋਰਡਿੰਗ ਸਾਨੂੰ ਰੱਖਿਆ ਸੀ, ਹੁਣ ਇਹ ਕਹਿ ਰਹੇ ਆ ਬਸ ਚਲੇ ਜਾਓ, ਨੋਟਿਸ ਜਾਰੀ ਕਰਤੇ ਆ। ਪੱਕੇ ਕਰਨ ਦੀ ਮੰਗ ਕੀਤੀ ਸਰਕਾਰ? ਸਰਕਾਰ ਕੋਲੋਂ ਕਹਿ ਰਹੇ ਹਾਂ ਵੀ ਜਦੋਂ ਹੁਣ ਇੰਨੇ ਅਸੀਂ ਕਰ ਰਹੇ ਹਾਂ ਜੋਬ, ਵੀ ਕਰਦੇ ਪਏ ਹਾਂ ਜੋਬ ਇੰਨੇ ਚਿਰ ਦੀ, ਅਤੇ ਸਾਡੇ ਵੱਲ ਵੀ ਧਿਆਨ ਦਿੱਤਾ ਜਾਵੇ, ਦੋ ਨੌਕਰੀ ਤਾਂ ਕੀ ਦੇਣੀ ਆ, ਪੱਕੇ ਸਾਨੂੰ ਕੀ ਕਰਨਾ, ਉਹ ਸਾਨੂੰ ਕੱਢ ਰਹੇ ਆ। ਜੇਕਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਫਿਰ ਤੁਹਾਡਾ ਕੀ ਅਗਲਾ ਐਕਸ਼ਨ? ਇੱਥੇ ਹੀ ਬੈਠਾਂਗੇ ਜੀ, ਫਿਰ ਜਦੋਂ ਰੁਜ਼ਗਾਰ ਹੀ ਦੇਣ ਦੀ ਬਜਾਏ ਖੋ ਰਹੇ ਆ ਫਿਰ ਕੀ ਕਰਾਂਗੇ ਅਸੀਂ? ਇੱਦਾਂ ਸਕੂਲ ਮਿੱਡੂ ਮਾਨ 'ਚ PRT ਟੀਚਰ ਕੰਮ ਕਰ ਰਹੀ ਹਾਂ ਇਸ ਟਾਈਮ 'ਤੇ। ਕੀ ਮਸਲਾ ਹੁਣ ਜਿਹੜਾ ਆਇਆ ਸਰ? ਅਸੀਂ ਪਿੱਛੇ 5 ਸਾਲਾਂ ਤੋਂ ਜੋਬ ਕਰ ਰਹੇ ਹਾਂ ਦਸ ਸਕੂਲ ਵਿੱਚ, ਅਤੇ ਪਰ ਸਾਨੂੰ ਇੱਕ ਹੁਣ ਇੱਕ ਕਿਸੇ ਕੇਸ ਦੇ ਆਧਾਰ 'ਤੇ ਸਾਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹੈ ਕਿ ਤੁਹਾਨੂੰ ਇਹਨਾਂ ਸਕੂਲਾਂ ਦੇ ਵਿੱਚੋਂ ਹੁਣ ਬਾਹਰ ਕੱਢ ਦਿੱਤਾ ਜਾਊਗਾ, ਠੀਕ ਹੈ? ਅਤੇ ਪਰ ਅਸੀਂ ਕਹਿ ਰਹੇ ਹਾਂ ਕਿ ਸਾਡੀ ਨਾ ਤਾਂ ਕੋਈ ਗਲਤੀ ਹੈ, ਬਤੌਰ ਅਸੀਂ ਮੈਨੇਜਮੈਂਟ ਦੁਆਰਾ ਇੱਥੇ ਭਰਤੀ ਹੋਏ ਹਾਂ, ਸਾਡੇ ਕੋਲ ਅਪੁਆਇੰਟਮੈਂਟ ਲੈਟਰ ਹੈਗੇ ਨੇ, ਸਾਡੇ ਡਾਕੂਮੈਂਟ ਪੂਰੇ ਹੈਗੇ ਨੇ, ਸਾਡੀ ਕੁਆਲੀਫਿਕੇਸ਼ਨ ਬਿਲਕੁਲ ਸਹੀ ਹੈਗੀ ਆ, ਅਤੇ ਫਿਰ ਵੀ ਸਾਨੂੰ ਹੈ ਇਹ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਅਜੇ ਕਿ ਤੁਹਾਨੂੰ ਹੈ ਜੋਬ 'ਚੋਂ ਜਿਹੜਾ ਹੈਗਾ ਹੈ ਉਹ ਕੱਢਿਆ ਜਾਊਗਾ। ਕਿੰਨਾ ਸਮਾਂ ਪਹਿਲਾਂ ਤੁਹਾਨੂੰ ਜਿਹੜਾ ਨੋਟਿਸ ਆਇਆ ਸੀ? ਸਾਨੂੰ ਜੀ ਮਈ ਵਿੱਚ ਆਇਆ ਸੀਗਾ, ਇਹ ਨੋਟਿਸ ਜਾਰੀ ਹੋਏ ਸੀਗੇ ਸਾਨੂੰ, 2 ਮਈ ਤੋਂ ਸਟਾਰਟ ਹੋਏ ਸੀਗੇ, ਵਾਰੀ ਵਾਰੀ ਪਹਿਲਾਂ ਪ੍ਰਿੰਸੀਪਲ ਨੂੰ ਹੋਏ ਸੀ ਅਤੇ ਉਸ ਤੋਂ ਬਾਅਦ ਕਿਹੜੀ ਤਰੀਕ ਤੋਂ ਤੁਹਾਨੂੰ ਜਿਹੜਾ ਹੈਗਾ ਸੇਵਾਵਾਂ ਜਿਹੜੀਆਂ ਛੱਡਣ ਨੂੰ ਕਿਹਾ ਗਿਆ ਹੈ? ਸਰ ਉਹ ਤਾਂ ਕਿਸੇ ਵੀ ਟਾਈਮ ਕਹਿ ਰਹੇ ਆ ਕਿ ਤੁਹਾਨੂੰ ਅਸੀਂ ਜਿਹੜਾ ਹੈਗਾ ਤੁਹਾਡੀਆਂ ਸੇਵਾ ਜਿਹੜੀਆਂ ਹੈਗੀਆਂ ਉਹ ਖਤਮ ਕਰ ਸਕਦੇ ਹਾਂ। ਅਤੇ ਤੁਹਾਡੀ ਕੀ ਮੰਗ ਜੀ? ਸਾਡੀ ਮੰਗ ਇਹ ਹੈ ਕਿ ਸਾਨੂੰ ਸਾਡੀਆਂ ਸੇਵਾ ਜਾਰੀ ਰੱਖਣ ਦਾ ਦਿੱਤਾ ਜਾਵੇ। ਇਹ ਜੇ ਗੱਲ ਕਰੀਏ ਤਾਂ ਹੁਣ ਸਰਕਾਰ ਅਧੀਨ ਚੱਲ ਰਿਹਾ ਸੀ ਸਕੂਲ, ਪਰ ਸਰਕਾਰ ਦਾ ਦਾਅਵੇ ਕਰ ਰਹੇ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ, ਪਰ ਤੁਹਾਨੂੰ ਨਹੀਂ ਲੱਗ ਰਿਹਾ ਕਿ ਤੁਹਾਡੀ? ਨਹੀਂ ਜੀ, ਸਰਕਾਰ ਨੌਕਰੀਆਂ ਦੇ ਨਹੀਂ ਰਹੀ ਬਲਕਿ ਬੇਰੋਜ਼ਗਾਰ ਕਰ ਰਹੀ ਹੈ। ਅਸੀਂ ਪ੍ਰਾਈਵੇਟ ਦਾਇਰੇ 'ਚ ਕਿਤੇ ਨਾ ਕਿਤੇ ਕੰਮ ਕਰ ਰਹੇ ਹਾਂ, ਫਿਰ ਵੀ ਸਾਡੀਆਂ ਪ੍ਰਾਈਵੇਟ ਨੌਕਰੀਆਂ ਵੀ ਸਾਡੇ ਤੋਂ ਖੋਈਆਂ ਜਾ ਰਹੀਆਂ, ਸਰਕਾਰੀ ਨੌਕਰੀ ਤਾਂ ਸਾਨੂੰ ਦੇਣੀ ਹੀ ਕੀ ਹੈ ਸਰਕਾਰ ਨੇ? ਕਾਰਨ ਕੀ ਦੱਸਿਆ ਜਾ ਰਿਹਾ ਵੀ ਕੀ ਕਾਰਨ ਹੈਗਾ ਜਿਹੜਾ? ਜੀ ਕੋਈ ਕਾਰਨ ਨਹੀਂ, ਇੱਕ ਸਿਰਫ ਕੇਸ ਆ, ਕਿਸੇ ਕੋਈ ਸਾਰਿਕਾ ਨਾਮ ਦੀ ਪਰਸਨ ਹੈਗੀ ਹੈ ਜਿਹਦਾ ਕੇਸ ਸੀਗਾ, ਉਹਨੇ ਸਟੇ ਲਿਆ ਸੀ, ਸਿਰਫ 6 ਮਹੀਨੇ ਜੋਬ ਕੀਤੀ ਸੀ, ਪ੍ਰਾਈਵੇਟ ਮੈਨੇਜਮੈਂਟ ਦੁਆਰਾ ਹੀ ਉਹ ਆਈ ਸੀਗੀ, ਅਤੇ ਮੈਨੇਜਮੈਂਟ ਦੁਆਰਾ ਹੀ ਅਸੀਂ ਆਏ ਹਾਂ, ਪਰ 6 ਮਹੀਨੇ ਜੋਬ ਕਰਕੇ ਕੋਈ ਸਟੇ ਲੈ ਲੈਂਦੀ ਹੈ ਅਤੇ ਉਸ ਤੋਂ ਬਾਅਦ 'ਚ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਉਹਦੇ ਸਟੇ ਸਿਰਫ 3 ਜਣਿਆਂ ਦੇ ਜਾਂ 4 ਜਣਿਆਂ ਦੇ ਸਟੇ ਹੋਣ 'ਤੇ ਸਾਨੂੰ 37 ਜਣਿਆਂ ਨੂੰ ਕੱਢਿਆ ਜਾ ਰਿਹਾ ਅੱਜ, 2 ਸਕੂਲਾਂ ਨੂੰ, ਮਿੱਡੂ ਮਾਨ ਅਤੇ ਪੱਕੇ ਸਕੂਲ ਦੇ ਦੋਨਾਂ ਸਟਾਫ ਨੂੰ। ਅਧਿਕਾਰੀਆਂ ਨੂੰ ਜਾਂ ਕਿਸੇ ਮੰਤਰੀ ਨੂੰ ਮਿਲੇ ਹੈ ਤੁਸੀਂ ਇਸ ਸੰਬੰਧ ਵਿੱਚ? ਜੀ ਅਸੀਂ ਮਿਲੇ ਸੀਗੇ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। MLA ਕੋਲ ਵੀ ਅਸੀਂ ਗਏ ਸੀਗੇ ਪਰ ਉਹਨਾਂ ਨੇ ਵੀ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਇਸ ਚੀਜ਼ ਲਈ। ਹਾਂਜੀ, ਮੇਰਾ ਨਾਮ ਰਾਜਵਿੰਦਰ। ਤੂੰ ਪੱਕੇ ਤੋਂ? ਮੈਂ ਜੋਬ ਕਰਦਾ, ਡਰਾਈਵਰ ਦੀ ਮੇਰੀ ਪੋਸਟ ਹੈ। ਸਾਡੇ ਸਕੂਲ ਦੇ ਵਿੱਚ ਇਕੱਲੀਆਂ ਇੱਟਾਂ ਖੜੀਆਂ ਸੀਗੀਆਂ, ਠੀਕ ਹੈ? ਅਸੀਂ ਆਪਦੀਆਂ ਤਨਖਾਹਾਂ ਦੇ ਵਿੱਚੋਂ ਪੈਸੇ ਲਾ ਕੇ ਅਤੇ ਅਸੀਂ ਉਹ ਸਕੂਲ ਪ੍ਰਸਤਰ ਕੀਤਾ,